ਸਤਿਸ਼੍ਰੀਕਾਲ ਜੀ ਬੋਲ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਸ਼ਰਨ ਕੌਰ ਤੇ ਅੱਜ ਸਾਡੇ ਨਾਲ ਮੌਜੂਦ ਨੇ ਲਵਪ੍ਰੀਤ ਲਾਡੀ ਦੇ ਵਕੀਲ ਸੁਨੀਲ ਮੱਲਣ ਜੀ ਕਾਫੀ ਲੋਕਾਂ ਨੂੰ ਉਮੀਦ ਸੀ ਕਿ ਸਿਰਫ ਸੁਨੀਲ ਮੱਲਣ ਹੀ ਨੇ ਜਿਹੜੇ ਕਿ ਇਨਸਾਫ ਦਵਾ ਸਕਦੇ ਨੇ ਲਵਪ੍ਰੀਤ ਨੂੰ 306 ਦਾ ਪਰਚਾ ਦਰਜ ਹੋ ਚੁੱਕਿਆ ਹੈ ਬੇਅੰਤ ਕੌਰ ਤੇ ਆਖਿਰਕਾਰ ਇਹ ਕਾਰਵਾਈ ਕਿਵੇਂ ਕਰੇਗੀ ਪੁਲਿਸ ਹੁਣ ਅਤੇ ਇਹ ਜਿਹੜੀ ਧਾਰਾ ਲੱਗਦੀ ਹੈ ਪਰਚਾ ਦਰਜ ਹੁੰਦਾ 306 ਦਾ ਕਿਹੜੇ ਵਿਅਕਤੀ ਤੇ ਦਰਜ ਹੁੰਦਾ ਹੈ ਜਾਣ ਲੈਂਦੇ ਹਾਂ ਪਰ ਸਭ ਤੋਂ ਪਹਿਲਾਂ ਵਕੀਲ ਸਾਹਿਬ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਤੇ ਦਰਸ਼ਕਾਂ ਨੂੰ ਜੀ 306 ਦਾ ਪਰਚਾ ਦਰਜ ਹੋ ਚੁੱਕਿਆ ਤੁਸੀਂ ਕਾਫੀ ਜਦੋਂ ਜਹਿਦ ਕੀਤੀ 2 ਮਹੀਨੇ ਦਾ ਸਮਾਂ ਲੰਘ ਗਿਆ ਤਾਂ ਹੁਣ ਕਿਵੇਂ ਇਸ ਤੇ ਕਾਰਵਾਈ ਹੋਵੇਗੀ ਕਿਹੜੇ ਵਿਅਕਤੀ ਤੇ ਲੱਗਦੀ ਹੈ 306 ਦੀ ਧਾਰਾ ਇਸ ਤਰ੍ਹਾਂ ਜੀ ਕਿ ਜਿਹੜਾ ਵੀ ਬੰਦਾ ਮੰਨ ਲਓ ਮੈਂ ਤੁਹਾਨੂੰ ਇੰਨਾ ਕੁ ਤਸੀਹੇ ਦਿੰਦਾ ਇੰਨਾ ਕੁ ਤੰਗ ਕਰਦਾ ਇੰਨਾ ਕੁ ਪਰੇਸ਼ਾਨ ਕਰਦਾ ਕਿ ਤੁਹਾਨੂੰ ਮਰਨਾ ਸੌਖਾ ਲੱਗਦਾ ਜੀਣਾ ਔਖਾ ਲੱਗਦਾ ਸ਼ਬਦ ਅਬੈਟਮੈਂਟ ਅਬੈਟਮੈਂਟ ਦਾ ਮਤਲਬ ਤਸੀਹੇ ਦੇਣਾ ਇਰੀਟੇਟ ਕਰਨਾ ਤੰਗ ਪਰੇਸ਼ਾਨ ਕਰਨਾ ਤੇ ਜਦੋਂ ਮੈਂ ਤੁਹਾਨੂੰ ਅਬੈਟ ਕਰਦਾ ਕਿਸੇ ਵੀ ਕੰਮ ਤੋਂ ਔਰ ਤੁਸੀਂ ਆਪਣੀ ਜੀਵਨ ਲੀਲਾ ਖਤਮ ਕਰਦੇ ਹੋ ਤੇ ਉਹਦੇ ਲਈ ਧਾਰਾ 306 ਲੱਗਦੀ ਇਟ ਇਜ਼ ਇਕੁਅਲ ਟੂ ਮਰਡਰ ਮਰਡਰ ਕਿਸੇ ਤੇਜ਼ ਧਾਰ ਹਥਿਆਰ ਨਾਲ ਜਾਂ ਗੋਲੀ ਮਾਰ ਕੇ ਕੀਤਾ ਜਾਂਦਾ ਇਹ ਸ਼ਬਦਾਂ ਦੇ ਵਾਰ ਨਾ ਕਰਨ ਵਾਲਾ ਮਰਡਰ ਹੈ ਜਾਂ ਤੁਹਾਡੇ ਐਕਸ਼ਨ ਨਾ ਕਰਨ ਵਾਲੀ ਜਿਹੜੀ ਰਿਜ਼ਲਟ ਹੈ ਐਕਸ਼ਨ ਨਾਲ ਮੰਨ ਲਓ ਤੁਸੀਂ ਤੇ ਮੈਂ ਭੈਣ ਭਰਾ ਹਾਂ ਜਾਂ ਅਸੀਂ ਦੋਸਤ ਹਾਂ ਤੇ ਤੁਸੀਂ 3 ਸਾਲ ਤੋਂ ਆਪਾਂ 4 ਸਾਲ ਤੋਂ ਕਿਸੇ ਰਿਲੇਸ਼ਨ 'ਚ ਹਾਂ ਭੈਣ ਭਰਾ ਵਾਲੇ ਵੀ ਜਾਂ 20 ਸਾਲ ਤੋਂ ਰਿਲੇਸ਼ਨ 'ਚ ਹਾਂ ਪਰ ਮੈਂ ਤੁਹਾਨੂੰ ਤੁਹਾਡਾ ਹੱਕ ਨਹੀਂ ਦੇ ਰਿਹਾ ਜਾਂ ਮੈਂ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੇ ਡੈਫੀਨੇਟਲੀ ਕਿਸੇ ਵੇਲੇ ਤੁਸੀਂ ਆਪਣੇ ਆਪ ਨੂੰ ਫਰਸਟ੍ਰੇਟਿਡ ਫੀਲ ਕਰਕੇ ਔਰ ਜੇ ਤੁਸੀਂ ਇਸਦਾਂ ਦਾ ਕੋਈ ਕਦਮ ਚੁੱਕਦੇ ਹੋ ਤਾਂ 306 ਬਣਦੀ ਹੈ ਔਰ ਜਦੋਂ ਉਹਦੇ ਵਿੱਚ ਕੋਈ ਰਿਟਨ ਸਬੂਤ ਆ ਜਾਂਦਾ ਹੈ ਸੁਸਾਈਡ ਨੋਟ ਆ ਜਾਵੇ ਔਰ ਸੁਸਾਈਡ ਨੋਟ ਦੇ ਬੇਸ ਤੇ ਇਹ ਚੀਜ਼ ਕੀਤੀ ਜਾਂਦੀ ਹੈ ਪਰ ਇੱਥੇ ਸੁਸਾਈਡ ਨੋਟ ਵੀ ਹੈ 6 ਵਾਰ ਉਹਦਾ ਕਾਰਨ ਵੀ ਹੈ ਮਤਲਬ ਕਹਿਣ ਦਾ ਸ਼ਾਰਟਕੱਟ 'ਚ ਕਾਰਨ ਰੀਜ਼ਨ ਕਾਰਨ ਡਿਫਾਈਨ ਕਰਨਾ ਇੰਪੋਰਟੈਂਟ ਹੈ ਔਰ ਕਾਰਨ ਬੜਾ ਕਲੀਅਰ ਹੈ ਬੇਅੰਤ ਕੌਰ ਦੇ ਉਸਦਾ ਪਰਿਵਾਰ ਪੈਸੇ ਠੱਗ ਕੇ ਵਿਆਹ ਕਰਾ ਲਿਆ ਇਗਨੋਰ ਕਰਨਾ ਸ਼ੁਰੂ ਕਰਤਾ ਔਰ ਬੁਲਾਉਣ ਵਾਸਤੇ ਜਗ੍ਹਾ ਤੇ ਠੇਂਗਾ ਵਿਖਾਉਣਾ ਸ਼ੁਰੂ ਕਰਤਾ ਤੋ ਅੱਜ ਸ਼ਾਇਦ ਪਰਮਾਤਮਾ ਨੇ ਇਹਨੂੰ ਠੇਂਗਾ ਵਿਖਾਤਾ ਹੈ ਇੱਕ ਹੋਰ ਵੀ ਕੋਈ ਇਹੋ ਜਿਹਾ ਮੁੱਦਾ ਸਾਹਮਣੇ ਆਇਆ ਜਿਹਦੇ 'ਚ ਮਰਡਰ ਕੀਤਾ ਉਹਨਾਂ ਨੇ ਮੁੰਡੇ ਉਹ ਵੀ ਕਦੇ ਡਿਸਕਸ ਉਹਦਾ ਨਾਮ ਵੀ ਲਵਪ੍ਰੀਤ ਆ ਮਲੇਰਕੋਟ ਤੋਂ ਹੈ ਲੜਕਾ ਉਹਦਾ ਵੀ ਕੇਸ ਮੈਂ ਫ੍ਰੀ ਲੜਨਾ ਸ਼ੁਰੂ ਕੀਤਾ ਦੇਖਦੇ ਹਾਂ ਕੀ ਬਣਦਾ ਔਰ ਹਾਂਜੀ ਦੇਖੋ ਪੁਲਿਸ ਜੋ ਮਰਜ਼ੀ ਕਰੇ ਉਹ ਪੁਲਿਸ ਹੈ ਆਪਣੀ ਮਰਜ਼ੀ ਕਰ ਸਕਦੀ ਹੈ ਪਬਲਿਕ ਸਰਵੈਂਟ ਹੈ ਸਾਡੀ ਕਾਨੂੰਨ ਦੀ ਰੱਖਿਆ ਕਰੇਗੀ ਜੇ ਉਹ ਲਾਈਨ ਤੋਂ ਖੱਬੇ ਸੱਜੇ ਤੁਰੇਗੀ ਤੇ ਅਸੀਂ ਬੈਠੇ ਹਾਂ ਅੱਖਾਂ ਖੋਲ ਕੇ ਅਸੀਂ ਸਿੱਧਾ ਕਰ ਲਾਂਗੇ ਇੰਟਰਫੇਅਰ ਅਸੀਂ ਨਹੀਂ ਕਰਨਾ ਬਟ ਇਹ ਬੜੇ ਕਲੀਅਰ ਸ਼ਬਦਾਂ 'ਚ ਹੈ ਜਿਹੜੀ ਕਾਨੂੰਨ ਦੀ ਕਿਤਾਬ ਅਸੀਂ ਪੜ੍ਹੀ ਹੈ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ ਸਾਡੇ ਵਕੀਲ ਜਿਹੜੇ ਨੇ ਨਾ ਉਹਨਾਂ ਨੂੰ ਕਾਨੂੰਨ ਪੜ੍ਹਾਉਂਦੇ ਆ ਕਾਨੂੰਨ ਦੇ ਰਖਵਾਲੇ ਅਸੀਂ ਕਾਨੂੰਨ ਦੇ ਬਣਾਉਣ ਵਾਲੇ ਹਾਂ ਵੀ ਆਰ ਲਾਮੈਨ ਅਸੀਂ ਸੰਵਿਧਾਨ ਦੇ ਚੁਣੇ ਹੋਏ ਵਿਅਕਤੀ ਬਣ ਜਾਂਦੇ ਹਾਂ ਜਦੋਂ ਅਸੀਂ ਵਕੀਲ ਬਣਦੇ ਹਾਂ ਜਿਨ੍ਹਾਂ ਨੂੰ ਦੂਸਰੀ ਭਾਸ਼ਾ 'ਚ ਸਟੈਚੂਏਟ ਬੋਰਡ ਮੈਂਬਰ ਕਿਹਾ ਜਾਂਦਾ ਹੈ ਮਾਲਕ ਪੈਸਿਆਂ ਵਾਲਾ ਮਾਲਕ ਨਹੀਂ ਪਰ ਕਾਨੂੰਨ ਦੇ ਵਾਰਸ ਵੀ ਤੇ ਕਾਨੂੰਨ ਦੇ ਬਣਾਉਣ ਵਾਲੇ ਵੀ ਮੈਂ ਕਾਲੇ ਕੋਟ ਵਾਲੇ ਸਾਰੇ ਈਵਨ ਸਾਡੇ ਜੱਜ ਸਾਹਿਬ ਹੋ ਗਏ ਜੁਡੀਸ਼ੀਅਲ ਸਿਸਟਮ ਦੀ ਗੱਲ ਕਰ ਰਿਹਾ ਸੁਨੀਲ ਮੱਲਣ ਦੀ ਗੱਲ ਨਹੀਂ ਕਰ ਰਿਹਾ ਐਜ਼ ਐਡਵੋਕੇਟ ਐਜ਼ ਜੁਡੀਸ਼ੀਅਲ ਪਾਰਟ ਆਫ ਜੁਡੀਸ਼ੀਅਲ ਸਿਸਟਮ ਦੀ ਗੱਲ ਕਰ ਰਿਹਾ ਔਰ ਜਿੱਥੋਂ ਤੱਕ ਪੁਲਿਸ ਦਾ ਸਵਾਲ ਹੈ ਜਾਂ ਹੋਰ ਏਜੰਸੀਆਂ ਨੇ ਉਹ ਉਸ ਕਾਨੂੰਨ ਦੇ ਉੱਤੇ ਜੋ ਲਿਖਿਆ ਲਾਈਨ ਉਹਦੇ ਤੇ ਪਹਿਰਾ ਦਿੰਦੀਆਂ ਨੇ ਔਰ ਮੈਂ ਪਹਿਲੇ ਦਿਨ ਵੀ ਜਦੋਂ ਮੈਂ ਆਪਣੇ ਪ੍ਰੋਗਰਾਮ 'ਚ ਆਇਆ ਸੀ ਤੇ ਇੱਕੋ ਗੱਲ ਕਹੀ ਸੀ ਵੀ 306 ਜ਼ਰੂਰ ਲੱਗੇਗੀ ਔਰ ਉਸ ਤੋਂ ਬਾਅਦ ਹੁਣ ਬੇਅੰਤ ਕੌਰ ਤੇ 2 ਧਾਰਾਂ ਲੱਗ ਚੁੱਕੀਆਂ ਪਹਿਲਾਂ ਉਹ ਚੀਟਰ ਸੀ ਐਜ਼ ਪਰ ਪੁਲਿਸ ਰਿਪੋਰਟ ਉਹ ਚੀਟਰ ਹੈ ਉਹਦੇ ਤੇ FIR ਦਰਜ ਹੈ ਹੁਣ ਉਹ ਕਤਲ ਹੈ ਉੱਤੇ ਕਤਲ ਦਾ ਮੁਕੱਦਮਾ ਕਹਿ ਲਓ ਜਾਂ ਸੁਸਾਈਡ ਦਾ ਮੁਕੱਦਮਾ ਜੇ ਦਰਜ ਹੁੰਦਾ ਹੈ ਇਕੁਅਲ ਟੂ ਮਰਡਰ ਦੀ ਡੈਫੀਨੇਸ਼ਨ 'ਚ ਸੈਕਸ਼ਨ 300 ਇਜ਼ ਸੁਸਾਈਡ ਕਰਾਉਣਾ ਕਿਸੇ ਦਾ ਮਤਲਬ ਜਿਹਨੂੰ ਕਹਿੰਦੇ ਆਪਾਂ ਮੈਨੂੰ ਸ਼ਬਦ ਭੁੱਲ ਗਿਆ ਸੋ ਕਲਪੇਬਲ ਹੋਮੀਸਾਈਡ ਉਹਦਾ ਲੀਗਲ ਵਰਡ ਹੈ ਕਲਪੇਬਲ ਹੋਮੀਸਾਈਡ ਤੇ ਕਲਪੇਬਲ ਹੋਮੀਸਾਈਡ 'ਚ ਹੀ ਆਉਂਦਾ ਹੈ ਈਵਨ ਅਨਬੋਰਨ ਬੱਚਾ ਜੇ ਮਰ ਜੇ ਮਾਂ ਦੀ ਕੋਖ 'ਚ ਉਹਦੇ ਤੇ ਵੀ ਆਉਂਦਾ ਤੇ ਇਹਦੇ 'ਚ ਵੀ ਕਲਪੇਬਲ ਹੋਮੀਸਾਈਡ ਹੈ ਮਰਿਆ ਹੈ ਮਰਡਰ ਹੈ ਉਹਦੇ ਵਿੱਚ ਪਰ ਉਹ ਸੁਸਾਈਡ ਦੀ ਕੈਟਾਗਰੀ ਚੱਲ ਰਿਹਾ ਇਸ ਕਰਕੇ ਧਾਰਾ 306 IPC ਉਹਦੇ ਵਿੱਚ ਕਵਰ ਕੀਤਾ ਗਿਆ ਜੀ ਪੋਸਟਮਾਰਟਮ ਰਿਪੋਰਟ 2 ਮਹੀਨੇ ਬਾਅਦ ਹੀ ਸਹੀ ਪਰ ਫਾਈਨਲੀ ਆ ਗਈ ਹੈ ਕੀ ਲਿਖਿਆ ਹੋਇਆ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਆਇਆ ਹੈ
बस फिलहाल तो मेरे को इन्नी की इनफॉरमेशन आई है, बाकी रिपोर्ट दो चार दिन जो सानू मिल जाएगी वो मैं पढ़ के पूरी तरह सुनावांगा सारे नू। पर फिलहाल उहदे च एक दवाई होंगी जहरीली दवाई कलोरो पाई गई है बॉडी च, उहदे कण पाए गए ने और वह पी के उन्हें बच्चे ने अपनी जीवन लीला खत्म की है। अदरवाइज बॉडी ते किसी किस्म का कोई निशान इंजैक्शन का निशान या ऐसी चीज़ा नहीं आई। सो बच्चे की जो मौत का कारण है साढ़े लाडी वीर की मौत का जो कारण आया है एंड दैट इज प्योरली प्योरली मेडिसिन। ਕਲੋਰੋ ਜਿਹੜੀ ਦਵਾਈ ਸੀਗੀ ਪਹਿਲੀ ਐਫ ਆਈ ਆਰ ਜਦੋਂ ਕਰਵਾਈ ਜਾਂਦੀ ਹੈ ਲਵਪ੍ਰੀਤ ਲਾਡੀ ਦੇ ਪਿਤਾ ਜੀ ਦੇ ਵੱਲੋਂ ਤਾਂ ਇਹੀ ਲਿਖਾਇਆ ਗਿਆ ਕਿ ਕਲੋਰੋ ਜਿਹੜੀ ਸੀਗੀ ਉਹ ਚੜੀ ਸੀਗੀ। ਦੇਖੋ ਜੀ ਇਸ ਤਰ੍ਹਾਂ ਕਿ ਪੁਲਿਸ ਨੇ ਉਹਦਾ ਪੁਖਤਾ ਸਬੂਤ ਲੈਣਾ ਸੀ ਔਰ ਜਾਂ ਕੋਈ ਹੋਰ ਪ੍ਰੈਸ਼ਰ ਸੀ ਰੱਬ ਜਾਣਦਾ, ਬਟ ਉਹਦੇ ਚਾਚਾ ਜੀ ਉਹਦੇ ਪਾਪਾ ਉਹਦੇ ਸਾਰਿਆਂ ਨੇ ਇਹੋ ਜਿਹੀ ਕਹੀ ਸੀ ਕਿ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ। ਔਰ ਮੈਂ ਵੀ ਆਪਣੇ ਕੁਛ ਜੂਨੀਅਰਸ ਭੇਜੇ ਸੀ ਇੰਡੀਪੈਂਡੈਂਟਲੀ ਸਿਵਲ ਵਰਦੀ 'ਚ, ਕਿਉਂਕਿ ਦੇਖੋ ਆਪਾਂ ਜੇ ਕਿਸੇ ਨਾਲ ਜੁੜਦੇ ਹਾਂ ਚਾਹੇ ਪੈਸੇ ਲੈ ਕੇ ਜੁੜੀਏ ਜਾਂ ਫ੍ਰੀ ਜੁੜੀਏ, ਸਾਡੀ ਰੈਪੂਟੇਸ਼ਨ ਵੀ ਸਟੇਕ 'ਤੇ ਆਉਂਦੀ ਹੈ ਔਰ ਸਾਨੂੰ ਇਹ ਡਰ ਲੱਗਦਾ ਹੈ ਕਿ ਕਿਸੇ ਭੈਣ ਭਰਾ ਨੂੰ ਕੋਈ ਗਲਤ ਸਜ਼ਾ ਨਾ ਦਵਾ ਦਈਏ ਜਾਂ ਕਿਸੇ ਨੂੰ ਪਨਿਸ਼ਮੈਂਟ ਨਾ ਦਵਾ ਦਈਏ। ਮੇਰੇ ਕੋਲ ਇੱਕ ਲੁਧਿਆਣੇ ਤੋਂ ਪਿੱਛੇ ਕੇਸ ਆਇਆ ਸੀ, 6 ਸਾਲ ਦੀ ਬੱਚੀ ਨਾਲ ਉਹਦੇ ਚਾਚੇ ਨੇ ਗੰਦੀਆਂ ਹਰਕਤਾਂ ਕੀਤੀਆਂ ਸੀ, ਮਤਲਬ ਫਿੰਗਰ ਇਨਸਰਟ ਕਰਨਾ ਔਰ ਇੱਦਾਂ ਦੇ ਕਈ ਕੁਛ ਹੋਇਆ ਸੀ, ਅਤੇ ਉਸ ਲੇਡੀ ਦਾ ਮੈਨੂੰ ਫੋਨ ਆਇਆ ਸੀ ਕਿ ਪੁਲਿਸ ਕੁਛ ਨਹੀਂ ਕਰਦੀ ਜੀ। ਤਾਂ ਮੈਂ ਉਹਦੇ 'ਚ ਇੱਕੋ ਸਵਾਲ ਕਿਹਾ ਸੀ, ਮੈਂ ਕਿਹਾ ਮੇਰੀ ਬੀਬੀ ਭੈਣ ਇੱਕ ਗੱਲ ਦੱਸਦੇ ਰੱਬ ਦੀ ਸਹੁੰ ਖਾ ਕੇ ਕਿ ਤੂੰ ਕੋਈ ਮੇਰੇ ਕੋਲ ਗਲਤ ਕੰਮ ਨਾ ਕਰਾ ਲਈ। ਡਰ ਲੱਗਦਾ ਪਰਮਾਤਮਾ ਕੋਲੋਂ, ਬੰਦੇ ਕੋਲ ਨਹੀਂ ਲੱਗਦਾ, ਰੱਬ ਕੋਲ ਲੱਗਦਾ। ਮੇਰੇ ਵੀ ਬੱਚੇ ਨੇ, ਕੱਲ੍ਹ ਨੂੰ ਮੈਂ ਕਿਸੇ ਦੇ ਪ੍ਰਤੀ ਗਲਤ ਸਾਥ ਦੇਵਾਂ ਬੀਂਗ ਲੋਮੈਨ, ਸੋ ਉਹ ਵੀ ਗਲਤ ਹੋਏਗਾ। ਇਸ ਕਰਕੇ ਅਸੀਂ ਵੀ ਪੂਰੀ ਤਸ਼ਖੀਸ਼ ਕੀਤੀ, ਜਾਣੇ ਹਾਂ ਲੋਕਾਂ ਨੇ ਲਵਪ੍ਰੀਤ ਲਾਡੀ ਦੇ ਚਾਚਾ ਜੀ ਬਾਰੇ ਬੜਾ ਕੁਛ ਗਲਤ ਬੋਲਿਆ, ਪਰ ਉਹ ਬਹੁਤ ਵਧੀਆ ਦਿਲ ਦੇ ਬੰਦੇ ਨੇ, ਸਾਫ਼ ਦਿਲ ਦੇ ਬੰਦੇ ਨੇ, ਜੋ ਉਹਨਾਂ ਦੇ ਦਿਲ 'ਚ ਆ ਉਹਨਾਂ ਦੇ ਮੂੰਹ 'ਤੇ ਹੈ, ਕੋਈ ਵੱਲ ਫਰੇਬ ਨਹੀਂ। ਈਵਨ ਕਈਆਂ ਨੇ ਝੂਠੀਆਂ ਰਿਪੋਰਟਾਂ ਬਣਾ ਕੇ ਉਹ ਵੀਡੀਓ ਆਡੀਓ ਰਿਕਾਰਡਿੰਗਾਂ ਵੀ ਪਾਤੀਆਂ ਕਈ ਘਟੀਆ ਚੈਨਲ ਯੂਟਿਊਬਰਸ ਨੇ, ਚੈਨਲ ਨਹੀਂ ਕਹੂੰਗਾ ਯੂਟਿਊਬਰਸ ਕਹੂੰਗਾ। ਸੋ ਉਹ ਸਭ ਕੁਛ ਇੱਥੇ ਤੱਕ ਕਹਿਤਾ ਕਿ ਸਕੀਮ ਮਤਲਬ ਵਕੀਲ ਵੱਖਰਾ ਹੋ ਗਿਆ ਉਹਨਾਂ ਤੋਂ, ਅਤੇ ਅੱਜ ਵੀ ਸਾਹਮਣੇ ਬੈਠਾ ਪਬਲਿਕ ਨੂੰ। ਮੈਂ ਤਾਂ ਉਸ ਪਰਿਵਾਰ ਨਾਲ ਜ਼ਿੰਦਗੀ ਦੇ ਰਿਸ਼ਤੇ ਜੋੜੇ ਨੇ, ਮੈਂ ਕੋਈ ਪੈਸਾ ਥੋੜ੍ਹੀ ਲੈ ਰਿਹਾ ਉਸ ਪਰਿਵਾਰ ਕੋਲ, ਨਾ ਕੋਈ ਨੀਅਤ ਹੈ ਉਹਦੀ, ਸੋ ਨਾ ਕੋਈ ਫੇਮ ਦੀ ਨੀਅਤ ਹੈ ਕਿ ਮੈਨੂੰ ਕੋਈ ਫੇਮ ਮਿਲ ਜਾਏਗਾ। ਪਰਮਾਤਮਾ ਨੇ ਮੈਨੂੰ ਇਹਦੇ ਛੋਟੇ ਜਿਹੇ ਖੂਹ 'ਚ ਰੱਖਿਆ ਸੀ, ਉਹ 'ਚ ਖੁਸ਼ ਹਾਂ ਔਰ ਉਹਦੇ 'ਚ ਹੀ ਰਹਿ ਕੇ ਖੁਸ਼ ਹਾਂ। ਕੰਮ ਅੱਜ ਵੀ ਮੈਂ ਆਪਣੀ ਮਰਜ਼ੀ ਨਾਲ ਆਪਣਾ ਕਲਾਇੰਟ ਪਸੰਦ ਕਰਦਾ ਕਿ ਮੈਂ ਇਹਦਾ ਕੰਮ ਕਰਨਾ ਹੈ ਕਿ ਨਹੀਂ ਕਰਨਾ। ਮੈਨੂੰ ਨਾ ਪਸੰਦ ਆਵੇ ਮੈਂ ਬੰਦਾ ਭੇਜ ਦਿੰਦਾ, ਕਰਾਂਗਾ ਤਾਂ ਮੈਂ ਬੜੀ ਸ਼ੌਂਕ ਨਾਲ ਕਰਦਾ ਕੰਮ, ਮੇਰੇ 'ਤੇ ਕੋਈ ਬੋਝ ਨਹੀਂ, ਮੈਂ ਪੈਸੇ ਖਾਤਰ ਕੰਮ ਨਹੀਂ ਕਰਦਾ। ਮਾਂ ਪਿਓ ਵੀ ਬਥੇਰੇ ਕਮਾਏ, ਵੀ ਆਪਣੇ ਪਹਿਲਾਂ ਇਕੱਠੇ ਕੀਤੇ ਨੇ ਔਰ ਮੈਂ ਦੁਖੀ ਹੋਣ ਤੋਂ ਬਾਅਦ ਵਕੀਲ ਬਣਿਆ। ਮੈਂ ਮਤਲਬ ਮਜਬੂਰੀ 'ਚ ਵਕੀਲ ਨਹੀਂ ਬਣਿਆ, ਮੈਂ ਸ਼ੌਂਕ ਨਾਲ ਵਕੀਲ ਬਣਿਆ ਕਿ ਮੈਂ ਆਪਣੇ ਕੇਸ ਲੜਨੇ ਸੀ। ਸਾਡੀ ਪੱਧਰ ਦੇ 40 ਸਦੀ ਗਏ ਸੀ, ਉਹਨਾਂ ਦੀ ਮੌਤ ਵਿਖਾਤੀ ਗਈ, ਮੈਨੂੰ ਮੇਰੀ ਮੌਤ ਵਿਖਾ ਕੇ ਸਾਡੀਆਂ ਪ੍ਰੋਪਰਟੀਆਂ ਛੀਨੀਆਂ ਗਈਆਂ। ਸੋ ਮੈਂ 2007 ਤੋਂ ਲੜਾਈ ਲੜ ਰਿਹਾ ਆਪਣੇ ਆਪਣੇ ਲਈ, ਮੇਰੇ ਫਾਦਰ ਦਾ ਮਰਡਰ ਹੋਇਆ, ਕਈ ਕੁਛ ਹੋਇਆ। ਸੋ ਮੇਰੇ ਹਾਲਾਤਾਂ ਨੇ ਮੈਨੂੰ ਵਕੀਲ ਬਣਾਇਆ ਔਰ ਮੈਂ ਦਰਦ ਮਹਿਸੂਸ ਕਰ ਸਕਦਾ। ਸੋ ਮੈਂ ਦਿਲੋਂ ਲੜਾਈ ਲੜਦਾ, ਮੈਨੂੰ ਪੈਸੇ ਦਾ ਸੱਚੀ ਲੋੜ ਬੜੀ ਹੈ ਪਰ ਭੁੱਖ ਨਹੀਂ ਹੈ, ਲੋੜ ਬੜੀ। ਤੁਸੀਂ ਕੁਛ ਯੂਟਿਊਬਰਸ ਦੀ ਗੱਲ ਕਰ ਰਹੇ ਹੋ, ਚੈਨਲ ਦੀ ਗੱਲ ਕਰ ਰਹੇ ਹੋ, ਕੁਛ ਅਜਿਹੇ ਪੱਤਰਕਾਰ ਵੀ ਨੇ ਜਿਨ੍ਹਾਂ ਨੇ ਤੁਹਾਡੇ ਤੇ ਦੋਸ਼ ਲਗਾਇਆ? ਪੱਤਰਕਾਰ ਨਹੀਂ ਆ, ਉਹ ਪੱਤਰਕਾਰ ਹੀ ਨਹੀਂ ਹੈਗੇ ਮੈਡਮ, ਗਲਤ ਕਹਿ ਰਹੇ ਹੋ ਤੁਸੀਂ, ਹਾਓ ਦੇ ਆਰ ਪੱਤਰਕਾਰ। ਉਹਨਾਂ ਮੈਂ ਪੰਜਾਬ ਸਰਕਾਰ ਕੋਲੋਂ ਲਿਸਟ ਮੰਗਾ ਲਈ ਹੈ, ਮੇਰੇ ਕੋਲ ਆ ਚੁੱਕੀ ਹੈ, ਉਹ ਆਪਣੇ ਆਪ ਨੂੰ ਪੱਤਰਕਾਰ ਕਹਿ ਰਹੇ, ਉਹਨਾਂ ਤੇ 420 ਦਾ ਪਰਚਾ ਹੋਏਗਾ ਥੋੜ੍ਹੀ ਦੇਰ ਠਹਿਰ ਚੋ। ਉਹ ਬੇਅੰਤ ਕੌਰ ਦੇ ਬਣੇ ਸੀ ਰਿਸ਼ਤੇਦਾਰ, ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕਿਉਂਕਿ ਉਹਨਾਂ ਦੀ ਧੀ ਭੈਣ ਕਿਸੇ ਨੇ ਵੀ ਇਹੋ ਜਿਹਾ ਕੰਮ ਕੀਤਾ ਹੋਣਾ, ਜਿਹਦੇ ਕਰਕੇ ਇਹੋ ਜਿਹੇ ਯੂਟਿਊਬਰ ਨੂੰ ਸੋ ਕਾਲਡ ਘਟੀਆ ਪੇਜਾਂ ਨੂੰ ਤਕਲੀਫ ਸੀ ਨਾ, ਜਿਹਨਾਂ ਨੂੰ ਜਿਹੜੇ ਨੈਗੇਟਿਵ ਲਿਖਦੇ ਸੀ, ਅੱਜ ਰੱਬ ਨੇ ਚਪੇੜ ਮਾਰੀ, ਮੈਂ ਕਿਹਾ ਹੀ ਕੁਛ ਨਹੀਂ ਉਹਨੇ, ਨਾਲੇ ਇੰਨੇ ਇੰਪੋਰਟੈਂਟ ਮੈਡਮ ਉੱਪਰੇ ਪੰਜਾਬੀ 'ਚ ਕਹਿੰਦੇ ਲੰਡੀ ਗੁੱਚੀ 'ਚ ਲੋਕ ਨੇ, ਉਹਨਾਂ ਵਾਸਤੇ ਮੈਂ ਟਾਈਮ ਵੇਸਟ ਨਹੀਂ ਕਰਨਾ, ਮੇਰਾ ਟਾਈਮ ਕਿਸੇ ਚੰਗੇ ਮਾੜੇ ਉਹਨਾਂ ਨੂੰ ਆਪਣੇ ਰੱਬ ਨੇ ਜਵਾਬ ਕਿੰਨਾ ਪਿਆਰ ਦੇ ਰਹੇ ਨੇ ਲੋਕ, ਮੈਨੂੰ ਹੈਰਾਨੀ ਹੁੰਦੀ ਕਿ ਕੇਸ ਦੇ ਵਿੱਚ ਪਹਿਲਾਂ ਤਾਂ ਦਿਲੋਂ ਜੁੜ ਗਿਆ ਇੰਨਾ,
ਤੇ ਉਸ ਤੋਂ ਬਾਅਦ ਉਮੀਦ ਉਹਨਾਂ ਨੇ ਜਿਹੜੀ ਸਾਰੀ ਰੱਖੀ ਹੋਈ ਆ ਤੁਹਾਡੇ ਤੱਕ ਹੈ ਤਾਂ ਰਿਪੋਰਟ ਕਦੋਂ ਹੋ ਰਹੀ ਹੈ ਬਿਆਨ ਕੋਲ ਜੋ ਮਜ਼ਾ ਇੰਤਜ਼ਾਰ ਮੇਂ ਹੈ ਮੁਲਾਕਾਤ ਮੇਂ ਕਹਾ ਦੇਖੋ ਮੈਂ ਪਹਿਲਾਂ ਵੀ ਅੱਜ ਤੋਂ ਕੁਛ ਦੇਰ 20 ਦਿਨ ਪਹਿਲਾਂ ਕਿਹਾ ਸੀ ਕਿ 25 ਤੋਂ 30 ਤਰੀਕ ਦੇ ਵਿਚਕਾਰ ਮੈਂ ਕੋਈ ਵੱਡਾ ਖੁਲਾਸਾ ਕਰਾਂਗਾ ਹਾਂਜੀ ਇੱਕ ਦਿਨ ਲੇਟ ਆ 12 ਘੰਟੇ 12 ਵੀ ਨਹੀਂ ਮੇਰੀ 10 ਵਜੇ ਮੈਂ ਆਨਲਾਈਨ ਸੀ ਸਵੇਰੇ ਤੇ 10 ਘੰਟੇ ਲੇਟ ਆ ਸੋ ਅਗਲਾ ਸਮਾਂ ਵੀ ਦੇ ਦਾਂਗਾ ਮੈਂ ਉਹ ਗੱਲ ਕਰਨੀ ਚਾਹੁੰਦਾ ਜਿਹੜੀ ਮੈਂ ਕਰ ਸਕਾਂ ਜਿਹੜੀ ਮੈਂ ਜਨਤਾ ਦੀ ਅਦਾਲਤ ਪੇਸ਼ ਕਰ ਸਕਾਂ ਜਾਂ ਜਦੋਂ ਪਿਛਲੀ ਵਾਰੀ ਆਈ ਮੈਂ ਕੋਰਟ ਕਰ ਸਕਾਂਗਾ ਮੈਂ ਕੋਈ ਹਵਾ ਚ ਆਂਕੜੇ ਨਹੀਂ ਮਾਰਨੇ ਮੈਂ ਉਹੀ ਕੋਈ ਘਟੀਆ ਯੂਟਿਊਬਰ ਜਾਂ ਕੋਈ ਪੇਜ ਮੇਕਰ ਨਹੀਂ ਹੈਗਾ ਮੈਂ ਜੋ ਕੰਮ ਗੱਲ ਕਵਾਂਗਾ ਮੇਰੀ ਗੱਲ ਚ ਵਜ਼ਨ ਹੋਣਾ ਚਾਹੀਦਾ ਤੁਸੀਂ ਵੀ ਉਹੀ ਉਮੀਦ ਕਰਦੇ ਹੋ ਮੇਰੀ ਜਨਤਾ ਵੀ ਉਹੀ ਉਮੀਦ ਕਰਦੀ ਹੈ ਔਰ ਜਿੰਨਾ ਪਿਆਰ ਮੇਰੀਆਂ ਭੈਣਾਂ ਨੇ ਵੀ ਮੈਨੂੰ ਦਿੱਤਾ ਹੈ ਬੜੀਆਂ ਕੁੜੀਆਂ ਨੇ ਮੈਸੇਜ ਪਾਏ ਨੇ ਕੁੜੀਆਂ ਦੀ ਇਮੇਜ ਖਰਾਬ ਹੁੰਦੀ ਵੀ ਵਕੀਲ ਸਾਹਿਬ ਛੱਡਿਓ ਨਾ ਅਸੀਂ ਤੁਹਾਡੀਆਂ ਭੈਣ ਬਣ ਕੇ ਤੁਹਾਡੇ ਲਈ ਅਰਦਾਸਾਂ ਕਰਦੇ ਪਏ ਹਾਂ ਤੇ ਮੈਨੂੰ ਧਮਕੀਆਂ ਦੇ ਫੋਨ ਵੀ ਆਏ ਮੈਨੂੰ ਤਾਂ ਵੀ ਡਰ ਨਹੀਂ ਲੱਗਦਾ ਪਿਆ ਕੀ ਫਰਕ ਪੈਂਦਾ ਧਮਕੀ ਦੇਣ ਵਾਲੇ 3 ਨੇ ਦੁਆਵਾਂ ਕਰਨ ਵਾਲੇ 100,000 ਨੇ ਤੇ ਮੈਂ ਇਹ ਕਦੀ ਵੀ ਨਹੀਂ ਮੰਨ ਸਕਦਾ ਕਿ ਪਰਮਾਤਮਾ ਨੂੰ 3 ਬੰਦਿਆਂ ਦੀ ਜ਼ਿਆਦਾ ਸੁਣ ਜਾਏਗੀ ਜਿਨ੍ਹਾਂ ਨੂੰ ਤਕਲੀਫ ਹੈ ਧਮਕੀਆਂ ਉਹੀ ਦਿੰਦੇ ਨੇ ਤੁਸੀਂ ਤੇ ਦਿੱਤੀ ਨੀ ਮੈਨੂੰ ਜਾਣਦੇ ਹੋ ਤੁਸੀਂ ਵਕੀਲ ਹੋ ਦੇਖੋ ਮੈਂ ਤੇ ਕਾਨੂੰਨੀ ਪੱਖ ਰੱਖ ਰਿਹਾ ਕਾਨੂੰਨ ਦੇ ਤਰੀਕੇ ਨੂੰ ਕਾਨੂੰਨ ਨੂੰ ਪ੍ਰੋਟੈਕਟ ਕਰਕੇ ਚੱਲ ਰਿਹਾ ਮੇਰੇ ਵੱਲੋਂ ਪਰਸਨਲ ਬਿਆਨਬਾਜ਼ੀ ਕੋਈ ਨਹੀਂ ਹੈ ਮੇਰੇ ਵੱਲੋਂ ਇੱਕੋ ਹੀ ਪਰਸਨਲ ਬਿਆਨਬਾਜ਼ੀ ਹੈ ਕਿ ਮੇਰਾ ਇਹ ਮਿਸ਼ਨ ਅੰਤ ਕੌਰ ਹੈ ਮਿਸ਼ਨ ਅੰਤ ਕੌਰ ਔਰ ਇਹ ਅੰਤ ਹੋਏਗਾ ਜੇ ਇਹ ਬਚ ਗਈ ਹਜ਼ਾਰਾਂ ਦੀ ਤਾਦਾਦ ਚ ਮੁੰਡੇ ਸੁਸਾਈਡ ਕਰਨਗੇ ਮੁੰਡੇ ਵੀ ਤੇ ਕੁੜੀਆਂ ਵੀ ਜਿਨ੍ਹਾਂ ਦੇ ਸਪਾਊਸ ਉਹਨਾਂ ਨੂੰ ਅਬੰਡਨ ਕਰਕੇ ਚਲੇ ਗਏ ਨੇ ਧੋਖਾ ਦੇ ਕੇ ਚਲੇ ਗਏ ਨੇ ਹੁਣੇ ਇੱਕ ਮੈਨੂੰ ਕੋਲ ਕੇਸ ਆਇਆ ਬੰਦਾ ਇੰਗਲੈਂਡ ਚਲਾ ਗਿਆ ਇੱਥੇ ਵੀ 2 ਬੱਚੇ ਪੈਦਾ ਕਰ ਗਿਆ ਉੱਥੇ ਵੀ 2 ਬੱਚੇ ਪੈਦਾ ਨੇ ਉਸ ਲੜਕੀ ਦਾ ਕੀ ਕਸੂਰ ਹੈ ਵਿਚਾਰੀ ਦਾ ਤੇ ਆਪਣਾ ਪਾਸਪੋਰਟ ਚੇਂਜ ਕਰਾ ਕੇ ਚਲਾ ਗਿਆ ਦੇਖੋ ਹੁਣ ਇਹੋ ਜਿਹੇ ਵੇਲੇ ਸੁਨੀਲ ਵੱਲੋਂ ਉਹਦਾ ਪਹਿਲਾ ਪਾਸਪੋਰਟ ਵੀ ਕਢਾਏਗਾ ਤੇ ਦੂਜਾ ਵੀ ਕਢਾ ਲਏਗਾ ਫਿਰ ਤਕਲੀਫ ਤੇ ਸਾਹਮਣੇ ਵਾਲੇ ਨੂੰ ਹੋਣੀ ਹੈ ਮੈਨੂੰ ਰਸਤੇ ਆਉਂਦੇ ਨੇ ਮੈਨੂੰ ਦਾ ਪੇਸ਼ ਨਹੀਂ ਕਹੂੰਗਾ ਕਾਨੂੰਨੀ ਰਸਤੇ ਤਰੀਕੇ ਨਾਲ ਚੱਲੋ ਲਵਪ੍ਰੀਤ ਲਾਡੀ ਦੀ ਕੇਸ ਅਸੀਂ ਜਿੱਥੇ ਸਾਨੂੰ ਡਾਊਟ ਆਇਆ ਅਸੀਂ ਪੁਲਿਸ ਨੂੰ RTI ਪਾਈ ਹੈ ਜਿੱਥੇ ਡਾਊਟ ਆਇਆ ਜਾਂ ਜਿੱਥੇ ਕੋਈ ਦਿੱਕਤ ਆਈ ਅਸੀਂ ਉਹ ਮੈਂ ਮੋਰ ਦੈਨ 100 ਚਿੱਠੀਆਂ ਕੱਢ ਚੁੱਕਾ ਆਲ ਅੰਬੈਸੀਸ ਆਲ ਇੰਡੀਅਨ ਅੰਬੈਸੀਸ ਇਨ ਫੋਰਨ ਕੰਟਰੀਜ਼ ਐਂਡ ਲੀਡਿੰਗ ਕੰਟਰੀਜ਼ 50 ਤੋਂ 60 ਲੀਡਿੰਗ ਕੰਟਰੀ ਈਵਨ ਨੇਪਾਲ ਭੂਟਾਨ ਉੱਥੇ ਵੀ ਮੈਂ ਮੇਲ ਪਾ ਚੁੱਕਾ ਕਿ ਇਹ ਬੇਨਤ ਤੌਰ ਤੇ ਪਰਚਾ ਦਰਜ ਹੈ ਹੁਣ ਅੱਜ ਵਾਲੀ ਰਿਪੋਰਟ ਮੇਰੇ ਕੋਲ ਕੱਲ੍ਹ ਜਾਂ ਪਰਸੋਂ ਤੱਕ ਆ ਜਾਏਗੀ ਸੰਡੇ ਤੱਕ ਮੈਂ ਇਹਦੀਆਂ ਵੀ ਸਾਰੀਆਂ ਮੇਲਾਂ ਫੈਕਸਾਂ ਈਮੇਲਾਂ ਰਜਿਸਟਰਡ ਪੋਸਟ ਚਿੱਠੀਆਂ ਸਾਰੀਆਂ ਜਾਣਗੀਆਂ ਸੋ ਮੈਂ ਛੱਡ ਨਹੀਂ ਰਿਹਾ ਮਤਲਬ ਜੋ ਮੇਰਾ ਕੰਮ ਹੈ ਉਹ ਮੈਂ ਕਰ ਰਿਹਾ ਔਰ ਕਿਸੇ ਨੇ ਇਹ ਵੀ ਕਹਿਤਾ ਕਿ ਲਾਡੀ ਦੇ ਚਾਚੇ ਨੇ ਕਹਿਤਾ ਚਿੱਠੀਆਂ ਪਾਉਣ ਵਾਲਾ ਵਕੀਲ ਰੱਖਿਆ ਬਿਲਕੁਲ ਠੀਕ ਲਿਖਿਆ ਹਲੇ ਅਦਾਲਤ ਚ ਕੇਸ ਹੀ ਨਹੀਂ ਪਹੁੰਚਿਆ ਤੇ ਮੈਂ ਚਿੱਠੀਆਂ ਹੀ ਪਾਉਣੀਆਂ ਮੈਂ ਤੇ ਇਹਨਾਂ ਨੂੰ ਲਵ ਲੈਟਰ ਕਹਿੰਦਾ ਜਾਂ ਮੈਂ ਇਸ ਚਿੱਠੀ ਨੂੰ ਵਕੀਲ ਦੀ ਚਿੱਠੀ ਨੂੰ ਗੋਲੀ ਕਹਿੰਦਾ ਵੀ ਵਕੀਲ ਦੀ ਚਿੱਠੀ ਮੋੜ ਕੱਟ ਕੇ ਵੱਜਦੀ ਹੈ ਸੋ ਸਾਡੀ ਵਕੀਲ ਦੀ ਜਿਹੜੀ ਚਿੱਠੀ ਹੈ ਉਹ ਮੋੜ ਕੱਟ ਕੇ ਵੱਜਣੀ ਹੈ ਔਰ ਉਹ ਅਸਰ ਹੋਏਗਾ ਅਮੈਰੀਕਾ ਨੂੰ ਵੀ ਲਿਖ ਚੁੱਕਾ ਰੈੱਡ ਫਲੈਗਿੰਗ ਕਰਾ ਚੁੱਕਾ ਮੈਂ ਰੈੱਡ ਫਲੈਗਿੰਗ ਕਹਿੰਦੇ ਕਿ ਜਦੋਂ ਕੋਈ ਬੈਡ ਕਰੈਕਟਰ ਮੇਰੇ ਕੋਲ ਸਿਰਫ ਈਮੇਲ ਕਨਫਰਮੇਸ਼ਨ ਆਈ ਹੈ ਐਮਬੈਸੀਜ਼ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਇਹੋ ਜਿਹੇ ਨੂੰ ਬੜਾ ਸੈਂਸਿਟਿਵ ਲੈਂਦੇ ਹਾਂ ਕਿ ਸਾਨੂੰ ਆਪ ਕੇ ਦੇ ਦੇਣਾ ਸੋ ਦੇਖੋ ਦੇਰ ਇਜ਼ ਅ ਲੀਗਲ ਚੈਨਲ ਮੇਰੀ ਕੋਈ ਪਰਸਨਲ ਕੰਪਲੇਂਟ ਨਹੀਂ ਹੈ ਮੇਰੀ ਕੋਈ ਪਰਸਨਲ ਗ੍ਰੱਜ ਕਿਸੇ ਨਾਲ ਨਹੀਂ ਮੈਂ ਤੇ ਸ਼ਰਿਆਮ ਕਹਿੰਦਾ ਕਿ ਅੰਤ ਕੌਰ ਮੇਰਾ ਪ੍ਰੋਗਰਾਮ ਜ਼ਰੂਰ ਵੇਖੇਗੀ ਇਹ ਵੀ ਮੈਨੂੰ ਪੱਕਾ ਪਤਾ ਤੇ ਉਹਨੂੰ ਮੈਂ ਕਲੀਅਰ ਕਹਿੰਦਾ ਕਿ ਪਹਿਲਾਂ ਤੂੰ ਕਹਿੰਦਾ ਸੀ ਮੇਰਾ ਵਕੀਲ ਜਵਾਬ ਦੇਗਾ ਪਹਿਲਾਂ ਤੇ ਕੁੜੀ ਇੱਕ ਗੱਲ ਧਿਆਨ ਨਾਲ ਸੁਣਨਾ ਵਕੀਲ ਨਾਲ ਸਾਹਿਬ ਲਾਇਆ ਕਰ ਅਸੀਂ ਗੁੱਸਾ ਕਰ ਦਿੰਦੇ ਹਾਂ ਵਕੀਲ ਸਾਹਿਬ ਦੱਸਣਗੇ ਜ਼ਰੂਰ ਦੱਸਣਗੇ ਤੇ ਮੈਂ ਵੀ ਵਕੀਲ ਹਾਂ ਕਿ ਮੈਂ ਵੀ ਕਹਾਂ ਕੋਰਟ ਵਿੱਚ ਤੂੰ ਕਹਿੰਦੀ ਸੀ ਕਿ ਮੇਰਾ ਤਿਲ ਹੈ ਜੀ ਇਹ ਤਿਲ ਗਾਇਬ ਹੋ ਗਿਆ ਫਿਰ ਕਹਿੰਦੀ ਜੀ ਇਹ ਫੋਟੋ ਜਿਹੜੀ ਹੈ ਐਡਿਟ ਕੀਤੀ ਗਈ ਹੈ ਫਿਰ ਕਹਿਤਾ ਕਿ ਅਸੀਂ ਗਰੁੱਪ ਫੋਟੋ ਸੀ ਵੱਖਰੀ ਇਕੱਲੀ ਇਕੱਲੀ ਹੋ ਗਈ ਫੋਟੋ ਵਿਖਾ ਦੇ ਮੇਰੇ ਕੋਲ ਇੱਕ ਬੜੀ ਓਬਜੈਕਸ਼ਨੇਬਲ ਕਿਸੇ ਨੇ ਵੀਡੀਓ ਭੇਜੀ ਹੈ ਹੁਣੇ ਇੱਕ ਮਿੰਟ ਪਹਿਲਾਂ ਉਹਦੇ ਬਾਰੇ ਕੁਛ ਕਰ ਸਕਦਾ ਬਟ ਡੈਫੀਨੇਟਲੀ ਉਹਦੀ ਪੁਸ਼ਟੀ ਜ਼ਰੂਰ ਕਰੂੰਗਾ ਕਰਨ ਤੋਂ ਬਾਅਦ ਤੁਹਾਨੂੰ ਦੇਵਾਂਗਾ ਜੇ ਤੁਸੀਂ ਚਲਾ ਸਕਦੇ ਹੋ ਤੇ ਜ਼ਰੂਰ ਚਲਾਉਣਾ ਦੇਵਾਂਗਾ ਚੈਨਲ
केस ना रिलेटेड कहूंगा, मैं हले नाम लेना ठीक नहीं समझदा, केस ना रिलेटेड कहूंगा। पहला मेरी तसल्ली हो जाए, मेरी तसल्ली होएगी तो कोई दिक्कत नहीं है, इट विल बी गिवन। नहीं दसी वो राज रखे हुए हैं हले चंगी गल है, पर जेके पंजाब नहीं, राज बिल्कुल नहीं है। मैं अपनी जनता को गलत जवाब देके मैं बुरा नहीं बनना चाहता, उन्हां दी उम्मीदां जाग जांदियां। और एक गल दस दें, बेअंत कौर अपनी टिकट खर्च के आप डिपोर्ट होएगी, इन्ने कॉन्फिडेंस ने इन्नी गल कह रहे हैं। इथों पीओ बनना रेड कॉर्नर 105 दा नोटिस, कई कुछ लंबा चक्कर है, कोई दिक्कत नहीं। ठीक शामिल होने शमूलियत इंडिया आना पवेगा, पंजाब आना पवेगा, 100% जेकर अजिहा कुछ ना हो। और एक गल होर दस देना, जे वह मान लो नहीं आती, मान लो नहीं आती, एहोजी कार्रवाई चलनगियां कि एफ आई आर एक होर बच, फिर उस तो बाद अगली एफ आई आर बच जाएगी, फिर वो एफ आई आर होंगी, एहोजे प्रोसीजर है कोर्ट के, नैशनल कोर्ट च होनगियां, इंटरनेशनल कोर्ट च होनगियां, क्योंकि वह इस वे मर्डरर है एज पर नाउ। मर्डरर नूं किसी किस्म का कोई रिलीफ कितने नहीं मिलता। जेकर हम आप थोड़ा जा बेअंत कौर वाली साइड तो सोचना शुरू करिए, क्योंकि उन्होंने वकील भी ने उत्ते और कुछ लोग वो भी ने जो कि उन्होंने नाल खड़े हुए ने, कि बेअंत कौर दी कोई कोई राह बचता इसको बाद? मैं क्यों दसा, मैं उदा वकील हां। नहीं नहीं, फिर भी देखो दी जान ना, मैं लवप्रीत दा वकील हां, मैं क्यों दसा। आई वुड लव टू बी साइलेंट ऑन दिस पार्ट। मेरे तो ज्यादा सियाने ने, मेरे तो वध उम्र दे ने, मैं ते बच्चा वाले पुराना, थोड़ा जिहा छोटा जिहा बच्चा वाले, लॉन्च 8-10 साल की प्रैक्टिस है, कोई ज्यादा वड्डी प्रैक्टिस नहीं है, पर बनिया अपनी खुंदक नाल, बनिया मैं अपने शौक लई, बनिया मैं अपनी दर्द नूं महसूस करन तों बाद तड़फिया होया इंसान वकील बने, और पढ़ के बने, नकल मार के नहीं बने। मैं मास्टर डिग्री की थी है, और थोड़े दिन तक डॉक्टरेट इन लॉ कर रहे हैं, आई एम स्टडिंग, तो मेरे को 3 ग्रेजुएशन, 3 पोस्ट ग्रेजुएशन ने, तो बाय गॉड ग्रेस गुड क्वालिफाइड, और मैं कह सकते हो कि ईमानदारी पढ़ के डिस्टिंक्शन होल्डर रहे हैं अपनी लाइफ च। मतलब जो मैं फेल भी हुआ तो घर आके पहले दाता पेपर दे के आके कि आज मेरे 22 नंबर आने, अज 33 भी नहीं आने, या आगे भी दसता कि 86 आने तो 86 आए। सो बचपन की मेरी गल है, मेरे मदर सुनाते होंगे कि स्कूल च मीह मूह पै जाना या तेरा जी ना करना, तो बस्ता अपने सिर पर रख के घर में आ जाता हूँ, सी पढ़ लाँगे बड़ा टाइम पे। और सच्चाई है कि काफ़ी 8-10 साल के गैप तो बाद मैं पढ़ाई शुरू की दोबारा। सो मेहनत की है, ईमानदारी रखी है, अज भी किराए के मकान पर रहना चंडीगढ़ च, मैं कोई बड़िया कोठियां नहीं पाइया, नो डाउट करते बहुत संतनत छट के गए है, वो मेरी बेटी तू विरासत देंगा, मैं अपनी कमा के आप खावा, एक खुंदक है मेरे, मैं अपने माँ प्यो की एफ डी भी नहीं कैश कराई, अज भी उन्होंने खाते जिंदा ने उत्थे पाए नहीं छेड़े, उन्होंने पोतरी खाएगी भी छड़ के गए, जो भी है। चलो ये मेरी पर्सनल जाति कैनेडियन लॉ के अकॉर्डिंग देखिए सब कुछ हम पंजाब दे विच हो चुके है, इंडिया दे विच वो साबित हो चुकी है क्रिमिनल, तो कैनेडियन लॉ इस बारे की कहना है? क्रिमिनल इज क्रिमिनल, लेट इट बी एनी लैंग्वेज, लेट इट बी एनी रिलीजन, लेट इट बी एनी कलर, क्रीड, कास्ट, क्रिमिनल इज क्रिमिनल, क्रिमिनल हैज ओनली वन लैंग्वेज, की ही और शी इज ए क्रिमिनल। सो क्रिमिनल की भाषा बड़ी क्लीयर है, डॉक्टर ही जाए तो डॉक्टर इंडिया च रहेगा ता भी डॉक्टर है, कैनेडा जाएगा ता भी डॉक्टर, वकील है इतने भी वकील है उत्थे भी वकील है, तो उन्होंने तो फिर भी वकील में एक डिग्री तो बाद एक सर्टिफिकेट लेना पेगा तो कैनेडा च वकालत करेगा, पर क्रिमिनल तो क्रिमिनल ही है, वो हथकड़ी लगिंग एंड चक्की पीसिंग, तो शोले फिल्म का डायलॉग है ना, तो चक्की पीसिंग होएगी,
ਪਨਿਸ਼ਮੈਂਟ ਹੋਏਗੀ। ਫਸ ਜਾਂਦੀ ਹੈ ਕਿ ਇੱਕ ਤਾਂ ਚੈਟ ਕਹੀ ਜਾਂਦਾ ਹੈ ਕਿ ਚੈਟ ਵੈਸੇ ਹੀ ਐਡਿਟ ਕੀਤੀ ਹੋਣੀ ਹੈ, ਚੈਟ ਦੇ ਆਧਾਰ ਤੇ ਕਿਸੇ ਨੂੰ ਗੁਨਾਹਗਾਰ ਸਾਬਿਤ ਨਹੀਂ ਕੀਤਾ ਜਾ ਸਕਦਾ। ਚਲ ਤੇ ਦੂਸਰਾ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਬੇਅੰਤ ਕੌਰ ਦੇ ਬਾਰੇ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ, ਰਵਦੀਪ ਦੇ ਨਾਲ ਸਿਰਫ ਇੱਕ ਫੋਟੋ ਹੈ, ਇੱਕ ਰਵਦੀਪ ਨੂੰ ਲੈ ਕੇ ਕਿਸੇ ਚੈਟ ਨੂੰ ਲੈ ਕੇ, ਤੁਸੀਂ ਇਹਨਾਂ ਦੋਨਾਂ ਗੱਲਾਂ ਬਾਰੇ ਕੀ ਕਹੋਗੇ? ਮੰਨ ਲੈਂਦੇ ਹਾਂ ਆਪਾਂ ਬੇਅੰਤ ਕੌਰ ਦੀ ਗੱਲ ਕੀ ਇਹ ਜਾਲੀ ਹੈ, ਮੰਨ ਲੈਂਦੇ ਹਾਂ। ਅਸਲੀ ਦਿਖਾ ਦੇ, ਅਸਲੀ ਦਿਖਾ ਦੇ, ਫੋਟੋ ਵੀ ਜਾਲੀ ਹੈ, ਮੰਨ ਲੈ ਯਾਰ, ਕੋਈ ਗੱਲ ਨਹੀਂ, ਫਿਰ ਕੀ ਆਪਾਂ ਮੰਨ ਲੈਂਦੇ, ਆਪਾਂ ਦੋਵੇਂ ਭੈਣ ਭਰਾ ਮੰਨ ਲੈਂਦੇ ਹਾਂ ਜਾਲੀ ਹੈ, ਅਸਲੀ ਦਿਖਾ ਦੇ, ਅੱਜ ਤੱਕ ਕਿਉਂ ਨਹੀਂ ਦਿਖਾਈਆਂ? ਅੱਗੋਂ ਕਹਿੰਦੀ ਮੇਰਾ ਵਕੀਲ ਦੋ, ਕਦੀ ਉਹਦੀ ਅੱਖਾਂ ਵੇਖਿਆ ਕਰੋ ਲੜਕੀ ਦੀਆਂ, ਜਦੋਂ ਇੰਟਰਵਿਊ, ਕੋਈ ਇੰਟਰਵਿਊ ਪੁਰਾਣੀ ਖੋਲੋ, ਅੱਖਾਂ ਵੇਖੋ ਉਹਦੀਆਂ, ਅੱਖਾਂ ਕੈਮਰੇ 'ਚ ਨਹੀਂ ਹੈ, ਪਿੱਛੇ ਹੈ ਜਾਂ ਖੱਬੇ ਹੈ ਜਾਂ ਸੱਜੇ ਹੈ, ਉਹ ਥੋੜ੍ਹੀ ਦੇਰ ਲਈ ਆਉਂਦੀਆਂ ਫਿਰ ਉੱਧਰ ਚਲ ਜਾਂਦੀਆਂ ਕਿ ਸਕ੍ਰਿਪਟ ਮਿਲਦੀ ਵੀ ਉੱਥੋਂ ਬੋਲਣ ਲਈ। ਵਾਟ ਇਜ਼ ਦਿਸ, ਆਰ ਵੀ ਮੈਡ? ਮੈਂ ਤਾਂ ਕਹਿੰਦਾ ਸੱਚ ਨੂੰ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ, ਝੂਠੇ ਨੂੰ ਰੌਲਾ ਪਾਉਣ ਦੀ ਲੋੜ ਪੈਂਦੀ ਆ, ਆਪਾਂ ਆਰਾਮ ਨਾਲ ਗੱਲ ਕਰਦੇ ਪਏ ਨਾ। ਸੋ ਅਸੀਂ ਕਹਿੰਦੇ ਉਹਦੀ ਗੱਲ ਮੰਨ ਲੈਂਦੇ, ਉਹਨੂੰ ਕੋਈ ਸੱਚੀ ਤੂੰ ਦਿਖਾ ਦੇ, ਵੱਜੇਗੀ। ਔਰ ਇਹ ਧੁੰਦੀ ਦਿਖਾਈ ਦਿੰਦੀ ਹੈ, ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਤੁਸੀਂ ਇੱਕ ਨੂੰ ਮਾਰਤਾ, ਨਾਟਕ ਨਾਟਕ ਡਰਾਮੇ, ਜੇ ਇੰਨਾ ਹੀ ਉਹਨੂੰ ਦੁੱਖ ਸੀ ਜਦੋਂ ਮਰਿਆ ਸੀ, ਉਦੋਂ ਉਹਨੇ ਆਪਣੀ ਵੀਡੀਓ ਆਫ ਕੀਤੀ ਸੀ, ਲਵਪ੍ਰੀਤ ਦੀ ਵੇਖ ਰਹੀ ਸੀ, ਕਿੱਦਾਂ ਉਹਨੇ ਸਬਰ ਕਰ ਲਿਆ ਕਿ ਮੇਰਾ ਸਿਰ ਦਾ ਸਾਈ ਮਰ ਗਿਆ ਤੇ ਮੈਂ ਕੈਨੇਡਾ ਬੈਠੀ ਰਵਾਂ। ਉਹ ਕਹਿੰਦੀ ਇਹਨੂੰ ਬਰਫ਼ ਚਲਾਓ, ਮੈਂ ਆਈ 2 ਦਿਨਾਂ ਚ। ਕਿੰਨੀਆਂ ਫਲਾਈਟਾਂ ਕਿੱਧਰ ਆਈਆਂ? FRRO ਡਿਪਾਰਟਮੈਂਟ ਹੈ ਦਿੱਲੀ, ਹਯਾਤ ਏਜੰਸੀ ਦੇ ਕੋਲ, ਹਯਾਤ ਹੋਟਲ, ਹਯਾਤ ਧੌਲਾ ਕੁਆਂ ਦੇ ਨੇੜੇ ਹੀ, ਉੱਥੋਂ ਜਾ ਕੇ ਡਿਟੇਲ ਮੰਗਾ ਲਓ ਕਿੰਨੇ ਪੈਸੰਜਰ ਆਏ ਨੇ ਤੇ ਕਿੰਨੇ ਗਏ ਨੇ, ਬੰਦਿਸ਼ ਹੀ ਕੋਈ ਨਹੀਂ ਸੀ। ਮੇਰੇ ਬੜੇ ਕਲਾਇੰਟ ਆਏ ਸੀ ਉਦੋਂ। ਇਹ ਸਭ ਝੂਠ ਹੈ, ਬਹਾਨੇ, ਡਰਾਮੇ, ਨੋ ਨੋ ਨੋ, ਆਲ ਫੇਕ, ਆਲ ਫੇਕ। ਇੱਕ ਰਾਜੀਨਾਮੇ ਦੀ ਗੱਲ ਉੱਠੀ, ਇਸ ਤੋਂ ਬਾਅਦ ਕੀ ਬੇਅੰਤ ਕੌਰ ਦੇ ਪਰਿਵਾਰਕ ਮੈਂਬਰ ਰਾਜੀਨਾਮਾ ਕਰਨਾ ਚਾਹੁੰਦੇ ਨੇ, ਲਵਪ੍ਰੀਤ ਦੇ ਮਾਪਿਆਂ ਦੇ ਨਾਲ ਗੱਲਬਾਤ ਹੋਈ, ਇਸ ਗੱਲ ਦੇ ਵਿੱਚ ਕੁਝ ਸੱਚਾਈ ਹੈ? ਮੈਨੂੰ ਤੇ ਐਸੀ ਕੋਈ ਖਬਰ ਨਹੀਂ ਹੈ, ਨਾ ਪਰਿਵਾਰ ਨੇ ਦਿੱਤੀ ਨਾ ਬਾਹਰੋਂ ਆਈ ਹੈ, ਸੋ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ। ਔਰ ਨਾਲੇ ਰਾਜੀਨਾਮਾ ਕਿਸ ਗੱਲ ਦਾ ਕਰੀਏ? ਸਾਨੂੰ ਮੁੰਡਾ ਦੇ ਦੇਣਾ ਸਾਡਾ ਵਾਪਸ, ਉਹਨੇ ਰਾਜੀਨਾਮਾ ਕਰ ਦੇਣਾ, ਪੈਸੇ ਨਹੀਂ ਚਾਹੀਦੇ, ਸਾਡਾ ਮੁੰਡਾ ਦੇ ਦੇਣਾ ਤੁਸੀਂ, ਮੈਂ ਕਰਾਊਂ ਰਾਜੀਨਾਮਾ, ਗਰੰਟੀ ਲੈਣਾ, ਸਾਡੇ ਕੋਲ ਗੁਆਚੇ ਨੂੰ ਬਚਿਆ, ਘਰ ਦਾ ਜੀ ਚਲਾ ਗਿਆ, ਪੈਸੇ ਚਲੇ ਗਏ, ਕੋਈ ਦਿੱਕਤ ਨਹੀਂ, ਪੈਲੀ ਵੇਚ ਕੇ ਪੈਸੇ ਦੇ ਦਾਂਗੇ। ਉਹ ਮੇਰੇ ਭੈਣ ਭਰਾ ਜਿਹੜੇ ਬੈਠੇ ਨੇ, ਉਹਦੇ ਮਾਂ ਪਿਓ ਕੋਈ ਬੇਈਮਾਨ ਠੱਗ ਚੋਰ ਥੋੜ੍ਹੀ ਹੈ, ਲੋਕਾਂ ਦੇ ਮਨ ਮੂੰਹ ਥੋੜ੍ਹੀ ਵੇਖਣਗੇ, ਪੈਲੀ ਵੇਚ ਕੇ ਸਭ ਦੇ ਪੈਸੇ ਤਾਰ ਦੇਣਗੇ, ਕਿੱਲਾ ਨਹੀਂ ਤਾਂ ਡੇਢ ਵੇਚੂਗਾ, ਪੰਜਾਂ ਚੋਂ 4 ਰਹਿ ਜਾਣਗੇ, ਮੁੰਡਾ ਕਿੱਥੋਂ ਲਿਆਉਣਗੇ? ਗੁਆਚਣ ਨੂੰ ਰਹਿ ਕੇ ਗਿਆ ਵਿਚਾਰਿਆਂ ਕੋਲ। ਸਾਰੀ ਉਮਰ ਰੋਣਗੀਆਂ, ਉਹ ਕੱਲੀਆਂ ਭੈਣਾਂ ਨੀ ਰੋਈਆਂ, ਬੜੀਆਂ ਭੈਣਾਂ ਦੀ ਉਹਨੂੰ ਵੀ ਫੋਨ ਕਰਕੇ ਅਫਸੋਸ ਚ ਪਾਇਆ, ਤੇ ਜਿਹੜੀਆਂ ਬਦੂਆਂ ਵਿੱਚੋਂ ਨਿਕਲਦੀਆਂ ਪਈਆਂ, ਇਹ ਕੁੜੀ ਨੀ ਡੈਣ ਹੈ, ਪਰ ਇਹੋ ਜਿਹੀ ਸਾਰੀਆਂ ਮੈਂ ਸ਼ਰੇਆਮ ਕਰਦਾ, ਇਹ ਡੈਨ ਤੇ ਚੜੇਲਾਂ ਦੀ ਕੈਟਾਗਰੀ ਚ ਇੱਥੇ ਜਿਹੜੇ ਬੰਦੇ ਖਾਂਦੇ ਨੇ, ਬਸ ਪੈਸੇ ਮਾਰਦੇ। ਹਾਂਜੀ, ਪੰਜਾਬ ਹੈ ਜਿਹੜਾ, ਉਹ ਲਵਪ੍ਰੀਤ ਦੇ ਨਾਲ ਖੜਾ ਹੋਇਆ, ਉਹਨਾਂ ਦੇ ਫੀਲਿੰਗਸ ਜੁੜੀਆਂ ਹੋਈਆਂ ਨੇ, ਪਤਾ ਨਹੀਂ ਕਿਵੇਂ ਜੁੜ ਗਈਆਂ, ਪਰ ਉਹ ਹਰ ਇੱਕ ਗੱਲ ਤੇ ਨਜ਼ਰ ਰੱਖ ਰਹੇ ਨੇ। ਲਵਪ੍ਰੀਤ ਲਾਡੀ ਦੇ ਨਾਮ ਨੂੰ ਲੈ ਕੇ ਤੁਸੀਂ ਦੇਖਿਆ ਹੋਣਾ ਕਿੰਨੀਆਂ ਹੀ ਵੀਡੀਓਜ਼ ਬਣਾਉਂਦੇ ਨੇ ਗਾਣੇ। ਮੈਨੂੰ 100 ਤੋਂ ਵੱਧ ਕਾਲਸ ਰੋਜ਼ ਆਉਂਦੀਆਂ, ਅੱਜ ਵੀ ਆਉਂਦੀਆਂ, ਵਕੀਲ ਸਾਹਿਬ ਅੱਗੇ ਦੱਸੋ ਕੀ ਹੋਇਆ। ਮੈਂ ਇੱਕੋ ਬੇਨਤੀ ਕਰਦਾ ਕਿ ਪਲੀਜ਼ ਮੇਰਾ ਯੂਟਿਊਬ ਚੈਨਲ ਵੇਖ ਲਿਆ ਕਰੋ, ਸੁਨੀਲ ਮੱਲਣ ਦੇ ਨਾਂ ਤੋਂ ਹੀ ਹੈ, ਸੌਖਾ ਜਿਹੀ ਹੈ, ਉਹ ਵੀ ਮੈਂ ਇਸੇ ਟਾਈਮ 'ਚ ਬਣਾਇਆ, ਪਹਿਲਾਂ ਉਹ ਵੀ ਨਹੀਂ ਸੀ, ਮੈਨੂੰ ਜਾਂਚ ਨਹੀਂ ਸੀ, ਮੇਰਾ ਮੈਂ ਤਾਂ ਆਪਣੇ ਕੰਮਾਂ 'ਚ ਰਹਿੰਦਾ ਸੀ, ਉਹ ਮੇਰੇ ਜੂਨੀਅਰਸ ਨੇ ਮੇਰੇ ਇੰਸਟਾਗ੍ਰਾਮ 'ਤੇ ਉਹ ਸਾਰੇ ਮੇਰੇ ਨਾਂ ਤੋਂ ਬਣਾਏ ਨੇ ਕਿ ਨਹੀਂ ਸਰ ਬਣਾਓ, ਲੋਕ ਜੋ ਚਾਹੁੰਦੇ ਨੇ ਸਾਡੀ ਬਹੁਤ ਰੇਸ਼ਨ ਘੱਟਦੀ ਹੈ, ਤਾਂ ਡੈਫੀਨੇਟਲੀ ਉਹ ਮੈਂ ਮੇਰੇ ਵਰਗੇ ਨਲਾਇਕ ਬੰਦੇ ਦਾ ਵੀ 4 ਘੰਟੇ 1700 ਵਿਊ ਆਏ ਨੇ, 1700 ਲੋਕਾਂ ਨੇ ਪ੍ਰੋਗਰਾਮ ਦੇਖਿਆ, 6 ਕਮੈਂਟ ਨੇ। ਚਲੋ ਮੈਂ ਕਿਹਾ ਜਿਹੜਾ ਫੋਨ ਕਰਕੇ ਆਸ਼ੀਰਵਾਦ ਦਿੰਦੇ ਨੇ, ਹੁਣੇ ਮੈਨੂੰ ਇੱਕ ਫੋਨ ਆਇਆ ਉੱਥੋਂ ਅਫਰੀਕਾ ਦੇ ਇੱਕ ਕੰਟਰੀ ਚੋਂ ਫੋਨ ਆਇਆ ਮੈਨੂੰ,
ਮੈਨੂੰ ਤੇ ਨੈਸ਼ਨਲ ਇੰਟਰਨੈਸ਼ਨਲ ਕਾਲਾਂ ਕਰਦੇ ਲੋਕ ਕਿ ਨਹੀਂ, ਮੈਨੂੰ ਤੇ ਰਾਤ ਵੀ ਨਹੀਂ ਸੌਂਦੇ ਨੇ, ਮੈਨੂੰ ਸਾਇਲੈਂਟ ਕਰਨਾ ਕਿੱਦਾਂ ਫੋਨ? ਇਮੋਸ਼ਨ ਇੰਨੇ ਜ਼ਿਆਦਾ ਨੇ ਵੀ ਇਹ ਵੀ ਨਹੀਂ ਦੇਖਦੇ ਵੀ ਇੰਡੀਆ 'ਚ ਰਾਤ ਦੇ 3 ਵਜੇ ਹੋਣੇ ਆ, ਵਕੀਲ ਸਾਹਿਬ ਸੁੱਤੇ ਨਾ ਹੋਣ, ਫੋਨ ਕਰਕੇ ਕਹਿੰਦੇ ਵੀ ਲਾਡੀ ਦੇ ਕੇਸ ਦਾ ਕੀ ਬਣਿਆ? ਮੈਂ 16 ਮਹੀਨੇ ਤੋਂ ਪਹਿਲਾਂ ਲੈ ਆਊਂਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਮਲਨ ਸਾਹਿਬ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਉਮੀਦ ਹੈ ਕਿ ਤੁਸੀਂ ਅੱਗੇ ਵੀ ਸਾਡੇ ਨਾਲ ਜ਼ਰੂਰ ਰਾਬਤਾ ਕਾਇਮ ਕਰੋਗੇ, ਔਰ ਇੱਕ ਵਾਰ ਫਿਰ ਤੋਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਆਪਣਾ ਕੀਮਤੀ ਸਮਾਂ ਸਾਨੂੰ ਦੇ ਬਹੁਤ ਬਹੁਤ ਧੰਨਵਾਦ।